ਲੈਟਸ ਗੋ ਟੂ ਰਾਜ ਜੱਗੀ ਜੀ ਐਂਡ ਉਹਨਾਂ ਤੋਂ ਜਾਣਦੇ ਆ ਕੀ ਕੁਝ ਅਪਡੇਟਸ ਨੇ ਕਿਉਂਕਿ ਉਹ ਤਾਜ਼ੀਆਂ ਹਵਾਵਾਂ ਲੈ ਕੇ ਆਏ ਹਨ ਫ੍ਰੀ ਫ੍ਰੀਲੀ ਬੈਠੇ ਹਨ ਔਰ ਤਾਜ਼ੀਆਂ ਹਵਾਵਾਂ ਉਹ ਲੈ ਕੇ ਆਏ ਹਨ ਹਵਾਈ ਤੋਂ ਵਕੇਸ਼ਨ ਤੇ ਸੀਗੇ ਲਾਸਟ ਵੀਕ ਇਸ ਕਰਕੇ ਸਾਡੇ ਨਾਲ ਰਾਪਤਾ ਨਹੀਂ ਹੋ ਪਾਇਆ ਬਟ ਨਾਓ ਹੀ ਇਜ਼ ਬੈਕ ਅਗੇਨ ਇਨ ਦਾ ਮਾਰਕੀਟ ਉਹ ਕਹਿੰਦੇ ਆ ਕਿ ਜਦ ਮਾਰਕੀਟ ਦੇ ਵਿੱਚ ਤੁਸੀਂ ਆਉਨੇ ਹੋ ਤਾਂ ਫਿਰ ਦੁਬਾਰਾ ਰੀਅਲ ਏਸਟੇਟ ਜਗਤ ਦੇ ਵਿੱਚ ਹਲਚਲ ਮਚ ਜਾਂਦੀ ਹੈ ਤੇ ਜਿਵੇਂ ਰਾਜ ਜੀ ਵਾਪਸ ਪਹੁੰਚੇ ਰੀਅਲ ਏਸਟੇਟ ਮਾਰਕੀਟ ਦੇ ਵਿੱਚ ਮੁਰਤੋ ਹਲਚਲ ਹੋ ਗਈ ਸੋ ਵੀ ਕੈਨ ਸੇ the number one team and the leader is back again in long island raj ji we welcome you in the show thank you very much ji main ja ke aaye ha te tu vi kumra paya mainu khabar aa gayi chicago to kar reya hai so bilkul main keh tusi hawaavan leke aaye ho thandiyan thandiyan main vi thodi ji hawaavan le lava but bahut zaruri honda ki tusi jadanna kam karde ho aur tusi family nu vi time dena honda i think that's also important for you ਐਂਡ ਕਿਵੇਂ ਮੈਨੇਜ ਕਰ ਰਹੇ ਹੋ ਰਾਜ ਜੀ ਔਰ ਕਿਵੇਂ ਮਾਰਕੀਟ ਜਿਹੜੀ ਹੈਗੀ ਕਿਸ ਤਰੀਕੇ ਨਾਲ ਇਸ ਟਾਈਮ ਗਰਮ ਹੋਈ ਪਈ ਹੈ ਦੇਖੋ ਪਹਿਲਾਂ ਤਾਂ ਟੂਰ ਦੇ ਬਾਰੇ ਦੱਸਦਾ ਕਿ 10 ਦਿਨ ਦਾ ਟੂਰ ਸੀ ਪੂਰੀ ਤਰ੍ਹਾਂ ਫਰੈਸ਼ ਹੋ ਕੇ ਆਏ ਆ ਜੀ ਤੋਂ ਫਰੈਸ਼ ਜਦੋਂ ਤੁਸੀਂ ਇਹੋ ਜਿਹੇ ਥਾਵਾਂ ਤੇ ਜਾਂਦੇ ਹੋ ਕਈ ਥਾਵਾਂ ਤੇ ਫੋਨ ਵੀ ਨਹੀਂ ਚੱਲਦਾ ਸਪੈਸ਼ਲੀ ਹਵਾਈ ਦੇ ਵਿੱਚ ਤੇ ਤੁਸੀਂ ਦੁਨੀਆ ਤੋਂ ਅਲੱਗ ਹੁੰਦੇ ਹੋ ਤਾਂ ਯੂ ਫਿਰ ਇੰਜੋਏ ਲਾਈਕ 댓 ਵੇ ਕਿ 댓 ਵਾਸ देयर ਔਨ 댓 ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਹੁਣ ਫਰੈਸ਼ ਹੋ ਕੇ ਆਏ ਆ ਤੇ ਫਰੈਸ਼ ਕੰਮ ਦੇ ਉੱਤੇ we work hard we enjoy hard too so that's what we are mera motive hi hunda hai ki dab ke kam karo te dab ke maza karo to majay leke aaye hun fir dobara kam te dat gaye hageya te baki market haje vi bahut hard rahi hai like mainu kai bande phone karde ne paaji assi oh khabar padi ae kari vo kari te main 3 saal to pichle sun rahe haan har saal market jeri hai up ho rahi hai ji ਬਿਲਕੁਲ ਲਾਈਵ ਮੈਂ ਐਸਟੀ ਉੱਤੇ ਆਉਣਾ ਸੀਗਾ ਕਿ ਇਹ ਇਹ ਬਹੁਤ ਸਾਰੀ ਕਿਆਸ ਰਹੀਆਂ ਨੇ ਕਿ ਬਾਈਡਨ ਗਵਰਨਮੈਂਟ ਆ ਚੁੱਕੀ ਹੈ ਹੁਣ ਪ੍ਰਾਪਰਟੀ ਜਿਹੜੇ ਡੈਮੋਕ੍ਰੇਟਸ ਨੇ ਇਹ ਕਿਉਂਕਿ ਅਫਵਾਹਾਂ ਦਾ ਬਾਜ਼ਾਰ ਬਹੁਤ ਗਰਮ ਹੁੰਦਾ ਤੇ ਕਿਹਾ ਜਾ ਰਿਹਾ ਕਿ ਹੁਣ ਡੈਮੋਕ੍ਰੇਟਸ ਨੇ ਫੈਡਰਲ ਗਵਰਨਮੈਂਟ ਦੇ ਵਿੱਚ ਤੇ ਹੋ ਸਕਦਾ ਹੈ ਪ੍ਰਾਪਰਟੀ ਦੇ ਜਿਹੜੇ ਦਾਮ ਨੇ ਘਟਣ ਔਰ ਜਿਹੜੀ ਰੀਅਲ ਏਸਟੇਟ ਮਾਰਕੀਟ ਹੈ ਉਹ ਥੱਲੇ ਡਿੱਗੇ ਦੇਖੋ ਐਸੀ ਕੋਈ ਗੱਲ ਨਹੀਂ ਹੈ ਓਬਾਮਾ ਦੇ ਟਾਈਮ ਵੀ ਵੱਧ ਰਹੀ ਸੀ ਫਿਰ ਟਰੰਪ ਦੇ ਟਾਈਮ ਵੀ ਵੱਧ ਰਹੀ ਸੀ ਹੁਣ ਬਾਈਡਨ ਆ ਗਿਆ ਹਜੇ ਵੀ ਵੱਧ ਰਹੀ ਹੈ ਯੈਸ ਥੋੜਾ ਜਿਹਾ ਲੋਕ ਸੋਚਣ ਲੱਗੇ ਨੇ ਕਿ ਕਿ ਜਿਆਦਾ ਇਨਫਲੇਸ਼ਨ ਤਾਂ ਨਹੀਂ ਹੋ ਰਹੀ ਲੋਕ ਥੋੜੇ ਜਿਹਾ ਕਿਸੇ ਗੱਲ ਤੇ ਕਹਿ ਰਹੇ ਨੇ ਬਟ ਦੂਜੇ ਪਾਸੇ ਇਹ ਹੈ ਕਿ ਮਾਰਕੀਟ ਇਜ਼ ਸੋ ਗੁੱਡ ਗੁੱਡ ਮੀਨਸ ਤੁਹਾਡੀ ਮੋਰਗੇਜ ਜਿਹੜੀ ਹੈ ਅੱਧੀ ਆ ਰਹੀ ਹੈ ਔਰ ਤੁਹਾਡੀ ਅੱਜ ਤੱਕ ਦੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਇੰਨੀ ਡਾਊਨ ਨਹੀਂ ਹੋਈ ਮੋਰਗੇਜ ਸੋ ਅੱਜ ਦੇ ਡੇਟ 'ਚ ਜਿਨ੍ਹਾਂ ਬੰਦਿਆਂ ਨੇ ਅਗਲੇ 2-3 ਸਾਲ ਵੀ ਘਰ ਬਾਏ ਕਰਨਾ ਮੈਂ ਆਲਵੇਸ ਕਹਿਣਾ ਸੰਬੰਧ ਦੇ ਕਹਿੰਦੇ ਨੇ ਕਦੋਂ ਟਾਈਮ ਬਾਏ ਕਰਨਾ ਥਿਸ ਇਜ਼ ਦਾ ਟਾਈਮ ਟੂ ਬਾਏ ਥਿਸ ਇਜ਼ ਦਾ ਟਾਈਮ ਟੂ ਸੈਲ बिकॉज़ ਅਗਰ ਤੁਸੀਂ ਅਪਗ੍ਰੇਡ ਕਰਨਾ ਹੈ ਆਪਣੇ ਆਪ ਨੂੰ ਜਾਂ ਡਾਊਨਗ੍ਰੇਡ ਕਰਨਾ ਹੈ ਸੋ ਮਾਰਕੀਟ ਇਜ਼ ਵੈਰੀ 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 ਹੌਟ கரੈਕਟ ਕਿਉਂਕਿ ਕਈ ਸਾਰੀ ਫੈਮਿਲੀਜ਼ ਨੇ ਜਿਹੜੇ ਸੀਨੀਅਰ ਸਿਟੀਜ਼ਨਸ ਨੇ ਵੈਦਰ ਦੇ ਲਿਵਿੰਗ ਇਨ ਨਿਊਯਾਰਕ ਵੈਦਰ ਦੇ ਲਿਵਿੰਗ ਇਨ ਯੂ ਨੋ ਬਰੁਕਲਿਨ ਜਾਂ ਫਿਰ ਕੁਇਨਸ ਦੇ ਵਿੱਚ ਦੇ ਵਾਂਟ ਟੂ ਹੈਵ ਅ ਸਮਾਲ ਹਾਊਸ ਜਾਂ ਫਿਰ ਆਪਣਾ ਕੁਇਨਸ ਵਾਲਾ ਘਰ ਜਿਹੜਾ ਹੈਗਾ ਉਹ ਰੈਂਟ ਤੇ ਛਾੜ ਕੇ ਕਿਥੇ ਲੌਂਗ ਆਰਲੈਂਡ ਦੇ ਵਿੱਚ ਜਿੱਥੇ ਉਹਨਾਂ ਨੂੰ ਵਧੀਆ ਥਾਂ ਦੇ ਉੱਤੇ ਜਿੱਥੇ ਨੇਚਰ ਹੋਏ ਕਈ ਲੋਕ ਇਹ ਟੁੰਦੇ ਨੇ ਕਿ ਗੁਰੂ ਘਰ ਲਾਗੇ ਹੋਏ ਸੋ ਜਾ ਕੇ ਖੁੱਲੇ ਡੁੱਲੇ ਘਰ ਦੇ ਵਿੱਚ ਰਹਿ ਸਕਣ ਆਈ ਥਿੰਕ ਤੁਸੀਂ ਕਿਹਾ ਕਿ ਉਹਨਾਂ ਦੇ ਲਈ ਇਹ ਬਹੁਤ ਵਧੀਆ ਇਸ ਟਾਈਮ ਟਾਈਮ ਹੈਗਾ ਤੁਸੀਂ ਆਪਣਾ ਘਰ ਜਿਹੜਾ ਹੈਗਾ ਵੇਚ ਵੀ ਸਕਦੇ ਹੋ ਔਰ ਖਰੀਦ ਵੀ ਸਕਦੇ ਹੋ ਔਰ ਜੇਕਰ ਤੁਸੀਂ ਆਪਣਾ ਘਰ ਵੱਡਾ ਟੁੰਦ ਰਹੇ ਹੋ ਤੁਸੀਂ ਕਵੀਨਸ ਦੀ ਪਾਰਕਿੰਗ ਤੋਂ ਜਾਂ ਫਿਰ ਕਵੀਨਸ ਦੇ ਵਿੱਚ ਜਿਹੜੇ ਹੁਣ ਇਸ ਟਾਈਮ ਆਵਾਜ਼ ਆਈ ਹੈਗੀ ਹੈ ਕਿਉਂਕਿ 에어ਪੋਰਟ ਲੱਗੇ ਹਨ ਲਗਵਾੜੀਆ 에어ਪੋਰਟ ਲੱਗੇ ਹੈ JFK 에어ਪੋਰਟ ਲੱਗੇ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਬਹੁਤ ਟਾਈਟ ਹੋ ਚੁੱਕਿਆ ਹੈ ਐਂਡ ਯੂ ਰੀਅਲੀ ਵਾਂਟ ਟੂ ਗੋ ਸਮਵੇਅਰ ਇਨ ਅ ਪਲੇਸ ਵੇਅਰ ਯੂ ਵਾਂਟ ਟੂ ਲਿਵ ਲਾਈਕ ਅ ਕਿੰਗ ਸਾਈਜ਼ ਐਂਡ ਤੁਸੀਂ ਆਪਣਾ ਘਰ ਇੱਥੇ ਵੇਚ ਕੇ ਕੁਇਨਸ ਦੀ ਮਾਰਕੀਟ ਦੇ ਵਿੱਚ ਲੌਂਗ ਆਇਲੈਂਡ ਲੈ ਸਕਦੇ ਹੋ ਔਰ ਟੀਮ ਰਾਤ ਜੱਗੀ ਜਿਹੜੀ ਹੈ ਬਕਾਇਦਾ ਉਹ ਤੁਹਾਨੂੰ ਕੈਸ਼ ਆਫਰ ਦਿੰਦੀ ਹੈ ਜੇਕਰ ਤੁਸੀਂ ਉਹਨਾਂ ਤੋਂ ਘਰ ਬਾਇ ਕਰੋਗੇ ਉਹ ਤੁਹਾਡਾ ਘਰ ਬਾਇ ਕਰਨਗੇ ਤੇ ਦੇਰ ਨਹੀਂ ਕਰਨੀ 5165483020 ਤੇ ਕਾਲ ਕਰਨੀ ਹੈ ਕਾਲ ਕਰਕੇ ਇਹਨਾਂ ਨੂੰ ਤੁਸੀਂ ਦੱਸਣਾ ਹੈ ਕਿ ਮੇਰਾ ਘਰ ਕੁਇਨਸ ਦੇ ਵਿੱਚ ਹੈ ਆਓ ਵੇਖੋ ਇਹਨੂੰ ਬਾਇ ਕਰੋ ਔਰ ਮੈਨੂੰ ਲੌਂਗ ਆਲਨ ਦੇ ਵਿੱਚ ਘਰ ਦਵਾਓ ਜਿਵੇਂ ਉਹਨਾਂ ਨੇ ਕਿਹਾ ਕਿ ਮਾਰਕੀਟ ਜਿਹੜੀ ਹੈ ਉਹ ਆ ਮਫਾਵਾਂ ਦਾ ਬਾਜ਼ਾਰ ਜਿਹੜਾ ਗਰਮ ਹੋਇਆ ਹੋਇਆ ਉਹਦੇ ਉੱਤੇ ਇਹਨਾਂ ਨੇ ਪਰਦਾ ਹਟਾਇਆ ਔਰ ਕਿਹਾ ਕਿ ਨਹੀਂ ਅਜੇ ਕੁਝ ਨਹੀਂ ਹੈ ਮਾਰਕੀਟ ਹਜੇ ਵੀ ਉਸ ਤਰੀਕੇ ਨਾਲ ਚੱਲ ਰਹੀ ਹੈ ਜਿਵੇਂ ਚੱਲਣੀ ਚਾਹੀਦੀ ਹੈ ਆ ਦੇਖੋ ਜੀ ਤੁਹਾਨੂੰ ਇੱਕ ਥੋੜੀ ਜਿਹੀ ਗਲਿਮਸ ਦਿਖਾਦੀ ਆਪਾਂ ਕਿਸ ਤਰੀਕੇ ਨਾਲ ਇਹ ਠੰਡੀਆਂ ਹਵਾਵਾਂ ਲੈ ਕੇ ਆਏ ਨੇ ਰਾਜ ਜੀ ਰਾਜ ਜੀ ਉਹ ਵਾਲੀ ਗੱਲ ਹੈ ਕਿ ਵਰਕ ਹਾਰਡ ਐਂਡ ਪਲੇ ਹਾਰਡ ਤੇ ਮੈਨੂੰ ਲੱਗਦਾ ਕਿ ਥਿਸ ਇਜ਼ ਵੈਰੀ ਇੰਪੋਰਟੈਂਟ ਕਿ ਜਦ ਤੁਸੀਂ ਆਪਣੇ ਇਹਨਾਂ ਰੋਜੇਵਿਆਂ ਤੋਂ ਨਿਕਲ ਕੇ ਜਾਂਦੇ ਹੋ ਤੁਹਾਡੇ ਸਾਲ ਦਾ ਵੀ ਟੀਚਾ ਹੈਗਾ ਕਿ ਤੁਸੀਂ ਲਗਭਗ ਜਿਹੜਾ 700 ਘਰ ਵੇਚਣੇ ਆ ਸੋ ਮੈਂ ਚਾਹਾਂਗਾ ਕਿ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕਿੱਥੇ ਤੱਕ ਤੁਹਾਡੀ ਟੀਮ ਪਹੁੰਚ ਚੁੱਕੀ ਹੈ ਟੀਮ ਦੇ ਵਿੱਚ ਕਿੰਨੇ ਕਿੰਨੇ ਜੁਆਇਨ ਕੀਤਾ ਔਰ ਕਿਵੇਂ ਟੀਮ ਜਿਹੜੀ ਉਹ ਪ੍ਰੋਗਰੈਸਿਵ ਹੋ ਰਹੀ ਹੈ ਅੱਗੇ ਹੋਰ ਟੀਮ ਜਿਹੜੀ ਹੈ ਇਸ ਸਾਲ ਦਾ ਟੀਚਾ ਸਾਡਾ 300 ਪਲੱਸ ਕਰਾਂਦਾ ਹੈਗਾ 700 ਅਗਲੇ ਸਾਲ ਹੋਏਗਾ ਠੀਕ ਹੈ ਮੈਂ ਦੋਵੇਂ ਸਾਲਾਂ ਨੂੰ ਲਾ ਕੇ ਕਹ ਰਿਹਾ 2020 2021 202021 ਦੇ ਵਿੱਚ 2021 ਬਹੁਤ ਵਧੀਆ ਚੱਲ ਰਿਹਾ ਪਿਛਲਾ ਸਾਲ ਵੀ ਬਹੁਤ ਹੀ ਅੱਛਾ ਸੀ ਇਸ ਸਾਲ ਵੀ ਸੋ far ਇਸ ਵੈਰੀ 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 ਗੁੱਡ ਸੋ ਸਾਡਾ ਕੰਮ ਹੈ ਕਿ ਵੀ ਚੇਂਜ ਲਾਈਫਸ ਫਸਟ ਵੀ ਆਈ ਚੇਂਜ ਮਾਈ ਲਾਈਫ ਐਂਡ ਦੈਨ ਫੈਮਿਲੀ ਲਾਈਫ ਨਾਓ ਆਮ ਚੇਂਜਿੰਗ ਮਾਈ ਬਾਇਰਸ ਲਾਈਫ ਮਾਈ ਸੈਲਰਸ ਲਾਈਫ ਐਂਡ ਮਾਈ ਜਿਹੜੇ ਮੇਰੇ ਨਾਲ ਕੰਮ ਕਰਦੇ ਨੇ ਮੇਰੇ ਵੈਂਡਰਸ ਨੇ ਮੇਰੇ ਟੀਮ ਮੈਂਬਰ ਨੇ ਸਾਰਿਆਂ ਦੀ ਲਾਈਫ ਚੇਂਜ ਕਰਨੀ ਹੈ मेरे को um, कल भी uh, कोई बंदा आया जी मैं उबर चलानी सी मैं चला रहा बट बट आई सी द वेरी गुड टैलेंटेड गाय मैं क्या अगर जो मैं कह तू करेगा तो जिंदगी भर उबर नहीं चलाएंगा कहें यू मेन बाय मैं क्या भी देख उबर चलाना बहुत अच्छी गल है कैश पैसे आते हैं बट अगर जिस हिसाब ना तू पढ़िया लिख्या है और तेरे कोलेज हैगी है वाई वी कैन नॉट यूज़ दोज नॉलेज टू गैट यू एट द बैटर प्लेस ਸੋ ਮੇਰੀ ਟੀਮ ਦੇ ਵਿੱਚ ਕਈ ਬੰਦੇ ਤੁਸੀਂ ਦੇਖਿਆ ਹੋਣਾ ਪਹਿਲਾਂ ਉਬਰ ਚਲਾਉਂਦੇ ਸੀ ਅੱਜ ਦੀ ਡੇਟ ਦੇ ਵਿੱਚ ਬਹੁਤ ਸਕਸੈਸਫੁਲ ਰੀਅਲ ਏਸਟੇਟ ਨੇ ਦੇ ਇੱਕ ਵਿੱਚ ਕਰ ਰਹੇ ਨੇ ਆਪਣੇ ਘਰ ਲੈ ਲਏ ਉਹਨਾਂ ਨੇ ਸਾਲ ਡੇਢ ਸਾਲ ਦੇ ਵਿੱਚ ਸੋ ਨਾਓ ਹਰ ਕੰਮ ਅੱਛਾ ਹੁੰਦਾ ਹੈਗਾ ਜਿਹਦਾ ਤੁਸੀਂ ਐਂਕਰਿੰਗ ਕਰ ਰਹੇ ਹੋ ਮੈਂ ਰੀਅਲ ਏਸਟੇਟ ਕਰ ਰਿਹਾ ਕੋਈ ਉਬਰ ਚਲਾ ਰਿਹਾ ਕੋਈ ਗੈਸ ਸਟੇਸ਼ਨ ਚਲਾ ਰਿਹਾ ਬਟ ਰੀਜ਼ਨ ਇਹ ਕਿ ਤੁਹਾਨੂੰ ਰਾਈਟ ਪਰਸਨ ਐਟ ਰਾਈਟ ਪਲੇਸ ਉਹਦੇ ਵਾਸਤੇ ਅਸੀਂ ਐਵੇਂ ਕਿਸੇ ਨੂੰ ਹਾਇਰ ਨਹੀਂ ਕਰਦੇ ਮੈਨੂੰ ਕਈ ਬੰਦੇ ਚਨਰਾਜ ਵੀ ਹੋ ਰਹੇ ਨੇ ਜੱਸ ਪੰਜਾਬੀ ਤੋਂ ਦੇਖ ਕੇ ਮੇਰੇ ਕੋਲ ਆਏ ਕਿ ਤੁਸੀਂ ਜੌਬ ਕਰ ਰਹੇ ਹੋ ਤੁਸੀਂ ਨਹੀਂ ਕਰ ਰਹੇ ਤਾਂ ਮੈਂ ਉਹਨਾਂ ਨੂੰ ਜਦ ਮਿਲ ਕੇ ਉਹਨਾਂ ਨਾਲ ਇੰਟਰਵਿਊ ਕਰਦਾ ਮੈਂ ਉਹਨਾਂ ਨਾਲ ਬੈਠਦਾ ਫਿਰ ਉਹਨਾਂ ਨੂੰ ਇਹ ਦੱਸਦਾ ਕਿ ਇਹ ਜੌਬ ਤੁਹਾਡੇ ਆਸਤੇ ਠੀਕ ਨਹੀਂ ਜੋ ਤੁਸੀਂ ਕਰ ਰਹੇ ਹੋ ਉਹ ਹੀ ਠੀਕ ਕਰ ਰਹੋ ਤੇ ਉਹਦੇ ਜੋ ਕੁਝ ਬੰਦੇ ਅਸੀਂ ਚੁਣਦੇ ਵੀ ਆ ਵੀ ਆਰ ਨੋਟ ਹਾਇਰਿੰਗ एवरीवन ਦੈਟ ਆ ਵਾਂਟ ਟੂ ਗਿਵ ਮੈਸੇਜ ਟੂ ਥੈਨ ਵੀ ਆਰ ਹਾਇਰਿੰਗ ਪੀਪਲ ਹੂ ਆਰ ਟੈਲੈਂਟਡ ਐਂਡ ਹੂ ਆਰ ਹੰਗਰੀ ਐਂਡ ਹੂ ਆਰ ਨੋਟ ਸੈਟੀਸਫਾਈਡ ਵਿਦ THEIR ਪ੍ਰੀਵੀਅਸ ਜੌਬ ਸੋ ਸਾਡਾ ਜਵਾਬ ਹੈ ਕਿ ਤੁਸੀਂ ਕੰਮ ਉੱਥੇ ਕਰੋ ਜਿਹਨੂੰ ਤੁਸੀਂ ਲਾਈਕ ਕਰਦੇ ਹੋ ਔਰ ਐਨ ਯੂ ਹੇਟ ਯੂਰ ਜੌਬ ਸੋ ਅਗਰ ਤੁਸੀਂ ਕੰਮ ਉਹ ਕਰੋ ਜਿਹਨੂੰ ਤੁਸੀਂ ਪਸੰਦ ਕਰਦੇ ਹੋ ਅਗਰ ਤੁਸੀਂ ਪਸੰਦ ਕਰਦੇ ਹੋ ਲੋਕਾਂ ਨੂੰ ਮਿਲਣਾ ਸਰਵ ਕਰਨਾ ਤਾਂ ਗੁੱਡ ਪਾਰਟ ਹੈ ਕਿ ਮੇਰੇ ਕੋਲ ਐਸਾ ਸਿਸਟਮ ਹੈਗਾ ਜਿਹੜਾ ਕਿ ਕਿਸੇ ਕੋਲ ਵੀ ਆਪਣੇ ਸਪੈਸ਼ਲੀ ਦੇਸੀ ਬੰਦਿਆ ਕੋਲ ਨਹੀਂ ਹੈਗਾ ਕਿ ਅਸੀਂ ਗਾਰੰਟੀਡ ਕਰਦੇ ਹਾਂ ਕਿ ਜੋ ਤੁਸੀਂ ਪਿਛਲੇ ਸਾਲ ਬਣਾਇਆ ਉਸ ਤੋਂ 25-30000 ਡਾਲਰ ਐਕਸਟਰਾ ਪਾ ਕੇ ਦੇਵਾਂਗੇ ਤੁਹਾਡੇ ਜੇਬ ਦੇ ਵਿੱਚ ਔਰ ਤੁਹਾਡੇ ਜੇਬ ਚੋਂ ਪੰਜੀ ਦਾ ਵੀ ਖਰਚਾ ਨਹੀਂ ਹੋਏਗਾ ਵੀ ਸਪੈਂਡ ਮਨੀ ਔਨ ਯੂ ਵੀ ਸਪੈਂਡ ਮਨੀ ਔਨ ਯੋਰ ਟ੍ਰੇਨਿੰਗ ਕਈ ਬੰਦੇ ਸਿੱਖ ਕੇ ਭੱਜ ਜਾਂਦੇ ਨੇ ਕਈ ਖੜ ਜਾਂਦੇ ਨੇ ਕਈ ਚੱਲੀ ਜਾਂਦੇ ਨੇ ਸਾਡੀ ਤਾਂ ਇੱਕ ਕਹਾਵਤ ਹੈ ਸ਼ਿਵਜੀ ਦਾ ਤੜਾ ਇੱਕ ਗਿਆ ਦੂਜਾ ਖੜਾ ਬਿਲਕੁਲ ਠੀਕ ਕਹ ਲੈ ਔਰ ਆਈ ਥਿੰਕ ਵੈਨ ਇਟ ਕਮਸ ਟੂ ਇੰਡੀਅਨ ਕਮਿਊਨਿਟੀ ਆਰ ਦੇਸੀ ਕਮਿਊਨਿਟੀ ਆਈ ਥਿੰਕ ਲੌਂਗ ਆਇਲੈਂਡ ਵਿੱਚ ਰਾਜ ਜੀ ਨੇ ਟਰਾਂਸਫਰਮੇਸ਼ਨ ਲੈ ਕੇ ਆਏ ਨੇ ਰੀਅਲ اسٹیਟ ਬਿਜ਼ਨਸ ਦੇ ਵਿੱਚ ਇਹਨਾਂ ਨੇ ਉਸ profession ਨੂੰ ਇੱਕ ਅੱਜ ਇਹ ਪ੍ਰੋਫੈਸ਼ਨ ਬਣਾਇਆ ਕਿ ਅੱਜ ਰਿਸਪੈਕਟ ਦੇ ਤੌਰ ਤੇ ਇਸ ਪ੍ਰੋਫੈਸ਼ਨ ਨੂੰ 올 ਆਵਰ ਅਮਰੀਕਾ ਦੇ ਵਿੱਚ ਨਿਊਯਾਰਕ ਦੇ ਵਿੱਚ ਵੇਖਿਆ ਜਾਂਦਾ ਹੈ ਔਰ ਟ੍ਰਾਂਸਫਰਮੇਸ਼ਨ ਇਹਨਾਂ ਨੇ ਕਈ ਸਾਰੇ ਯੰਗ ਜਨਰੇਸ਼ਨ ਦੀ ਕਈ ਸਾਰੇ ਕਿਡਸ ਦੀ ਜਿਹੜਾ ਮੈਂ ਕਹਿ ਸਕਦਾ ਕੀਤੀ ਹੈ ਭਾਵੇਂ 19 ਸਾਲ ਤੋਂ ਲੈ ਕੇ ਜਿਹੜਾ ਹੈਗਾ 70 ਸਾਲ ਤੱਕ ਦੇ ਟੀਮ ਮੈਂਬਰ ਇਹਨਾਂ ਦੀ ਟੀਮ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲਣਗੇ ਔਰ ਜੇਕਰ ਤੁਸੀਂ ਚਾਹੁੰਦੇ ਕਿ ਰੀਅਲ ਏਸਟੇਟ ਪ੍ਰੋਫੈਸ਼ਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਹੋ 5165483020 ਤੇ ਕਾਲ ਕਰ ਸਕਦੇ ਹੋ ਇੱਕ ਬ੍ਰੇਕ ਲਈ ਅਥੇ ਰੁਕ ਰਹੇ ਹਾਂ ਬ੍ਰੇਕ ਤੋਂ ਬਾਅਦ ਵੀ ਰੀਅਲ اسٹیਟ ਐਡਵਾਈਸ ਵਿਦ 팀 ਰਾਜ ਜੱਗੀ ਇਸੇ ਤਰੀਕੇ ਨਾਲ ਜਾਰੀ ਰਹੇਗੀ ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਹੁਣ ਸਾਡੇ ਨਾਲ ਮੌਜੂਦ ਨੇ ਰਾਹੁਲ ਔਰ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਮਾਰਕੀਟ ਦੇ ਵਿੱਚ ਕੀ ਕੁਝ ਅਵੇਲੇਬਲ ਹੈ ਐਂਡ ਰਾਹੁਲ ਥੋੜਾ ਜਿਹਾ ਸਾਨੂੰ ਦੱਸਣਗੇ ਵੈਨਟ ਕਮਸ ਟੂ ਫਰਸਟ ਟਾਈਮ ਹੋਮ ਬਾਇਰਸ ਐਂਡ ਫੋਰ ਦੋਜ਼ ਪੀਪਲ ਦੋਜ਼ ਆਰ ਲੁਕਿੰਗ ਫੋਰ देयर ਡ੍ਰੀਮ ਹਾਊਸ ਇਨ ਨਿਊਯਾਰਕ ਉਹ ਕੀ ਐਡਵਾਈਸ ਦੇਣਗੇ ਰਾਹੁਲ yes uh, first time home buyer the market sab to strong chal rahi hai as the rate which interest rate inna thalle aaya hoya hai ke je in never before have we seen interest rates this low so if you're a first time home buyer je de faints te ho ke assi kar layi hai ya na layi hai it's a great time to buy right now um banks ne kafi changge programs nikle hoye ne je tusi income dikhande ho ta as little as 3.5% down tonu kar mil sakda hai so as the date which it's a great market for any first time home buyer as well as second time home buyer first time home buyers ne jinna ne last year kaam kita and um, that were able to secure homes on as the date which as you onnu refinance kar rahe ha houses the value inni utte chali gaiyan ne ke hun onna nu pmi bhi ni karna peh so wow. it's a very good time to buy and we believe jda bull market is, it will definitely stay rising for at least a couple more years correct and uh, let's have a look on the inventory what do you guys got this week top dollar let's have a first look on this house and please elaborate uh, rahul about this house this house is actually the best deal in nasa county that you will see is nasa county they if you want to see it give us a call at 516 548 this house is less than 500000 in foreign change as you can see it's a move-in-ready house it is a great property Mackison which is a couple of years back now they want to sell it it has a beautiful backyard and the house is very nice and nicely kept nice and clean but the best part is it's the best deal in all of long island so if someone is watching this video and they want the best deal that we're going to show today this is definitely the house for that it's a ranch it's three bedroom two bath main level and a nice shot i think they will have a jackpot if they will buy this house because this is under 500000 and nothing is available as per my study mai 2 saal ho uh, gaye show karde hoye mainu bhi 500000 to utte hi mai hamesha house vekhe ne but if someone is looking under 500000 so i think this is the best deal you can make it 5165483020 aur is number te call karke jehda huga tusi rahul aur rahul raabta kar sakde ho is kar do dekh sakde ho ਫਰੀ ਪਰਸਨ ਕੰਸਲਟੇਸ਼ਨ ਲਈ ਤੁਸੀਂ ਸੈਟਰਡੇ ਸੰਡੇ ਜਿਹੜਾ ਹੈਗਾ ਦੋ ਦਿਨ ਛੁੱਟੀ ਹੈ ਤੁਸੀਂ ਜਾ ਕੇ ਇਸ ਵੀਕਐਂਡ ਦੇ ਉੱਤੇ ਪਰਸਨਲੀ ਇਸ ਘਰ ਨੂੰ ਵੀ ਜਾ ਕੇ ਵੇਖ ਸਕਦੇ ਹੋ ਸ਼ੋਇੰਗ ਲਈ ਵੀਆਈਪੀ ਸ਼ੋਇੰਗ ਲਈ ਤੁਸੀਂ 5165483020 ਤੇ ਕਾਲ ਕਰੋ ਜਿਹੜੇ ਘਰ ਜਿਹਨੇ ਵੀ ਘਰ ਆਲਰੇਡੀ ਮੈਂ ਦੇਖ ਰਿਹਾ ਰਾਹੁਲ ਆ ਰਹੇ ਨੇ ਐਂਡ ਆਫ ਦਾ ਡੇ ਐਂਡ ਉਹਨਾਂ ਘਰਾਂ ਦੇ ਵਿੱਚ ਖਾਸੀਅਤ ਜਿਹੜੀ ਹੈ ਹੁਣ ਲੋਕਾਂ ਨੂੰ ਜਿਹੜੀ ਚਾਹੀਦੀ ਉਹ ਚਾਹੀਦੀ ਕਿ ਸਾਡਾ ਵੱਡਾ ਬੈਕਯਾਰਡ ਹੋਵੇ ਸਾਡੀ ਵਧੀਆ ਕਿਚਨ ਬਣੀ ਹੋਵੇ ਸੋ ਇਸ ਕਰਕੇ ਤੁਸੀਂ ਉਸ ਲਿਹਾਜ਼ ਨਾਲ ਜਿਹੜਾ ਘਰ ਦੀ ਇਨਵੈਂਟਰੀ ਰੱਖਦੇ ਹੋ yeah, we, we actually represent hadik type the inventory, but best car the best deals are often jedi, all these things exist. so things like, you know, the most up-to-date uh, database, the most uh, nicest kitchen, the um, nice out exterior lighting, and see we definitely always tell them, that uh, see, you should have or staging checklist. Which is available? J koi a e, um, J seller a e video they create and you want a free staging checklist? We have a free staging checklist, de, which we have each and every single thing about the house. Uh, this is beautiful house, you, I think it's in Port Washington. Uh, no, this one is. I think this is still the Bethpage house. So this is okay. just uh, the pictures of the Bethpage home. See apna best deal in Long Island. You can see completely renovated home, nicely updated. And it's a great move-in ready house. Um, you have nice big basement, as you can see. And it's, you know, very clean home. 516 548 you can call, you can call you can Long Island, to which that's the house. Right. Washington. The so, why, I know, I know, I know. Rahul, why Long Island? Why Long Island? Number one reason for Long Island is... Basically, you wanna have room to breathe. see Queens the which area yeah Long yes Manhattan the or any other place and you feel like your um, you know everything's nearby. You want a little bit more yard. You want a little bit more privacy. Uh, I think Long Island's a great place. Um, other things schools are also very good. Jethkoi private school le yeah your kids are traveling hour up and down. Um, so schools are very good. Oftentimes School district nice area the which they will do uh, uh they will pick you up from outside the house. Um, so that's also a great benefit of uh, this house is coming soon so we can just have a snap of this house. Uh yeah, this coming soon is actually a great property. This is in heart of Hicksville. It's on a busy road, uh, which is old country Road. and Icarte, you have um basement with outside entrance, but you could definitely set it up as a doctor office also or attorney office or you know, any type of uh, commercial non-commercial usage this is a great property for that and a nice yard one level with basement with outside entrance uh, this is a great property in hicksville to do something like that of course if you're looking for a business and as well as house so i think you can call rahul you can have a free personal consultation with him he will tell you about the businesses and about the house ਐਂ ਤੁਹਾਡੇ ਘਰ ਤੋਂ 10 ਮਿੰਟ ਡਰਾਈਵ ਦੇ ਉੱਤੇ ਤੁਸੀਂ ਬਿਜ਼ਨਸ ਵੀ ਲੈ ਸਕਦੇ ਹੋ ਔਰ ਆਪਣਾ ਘਰ ਵੀ ਲੈ ਸਕਦੇ ਹੋ ਆਪਣੀ ਲੌਂਗ ਆਇਲੈਂਡ ਦੇ ਵਿੱਚ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਦੇ ਹੋ ਕਿਉਂਕਿ ਰਾਜ ਐਟ ਰਾਜ ਹੈਜ਼ ਬਾਇਡਸ .com ਦੇ ਆਲਵੇਸ ਸੇ ਯੋਰ ਹੋਮ ਸੋਲਡ ਗਰੰਟੀਡ ਅਦਰਵਾਈਜ਼ ਦੇ ਵਿਲ ਬਾਈਟ ਐਂਡ ਕਾਲ ਰਾਜ ਨੰਬਰ ਇਜ਼ ਔਨ ਟੀਵੀ ਸਕਰੀਨ ਐਂਡ ਸਟਾਰਟ ਪੈਕਿੰਗ ਥੈਂਕ ਯੂ ਰਾਹੁਲ ਜੁਆਇਨਿੰਗ ਅਸ ਫॉर ਟੁਨਾਈਟ ਫਾਰ ਦਿਸ ਰੀਅਲ ਏਸਟੇਟਡ ਵਾਈਜ਼ ਵਿਦ ਮੀ ਐਂਡ ਵਿਦ ਰਾਹੁਲ ਵਿਦ ਰਾਜ ਜੱਗੀ ਜੀ ਮਿਲਾਂਗੇ ਨੈਕਸਟ ਫਰਡੇ ਟਿਲ ਦਾ ਟਾਈਮ ਜਿੰਦੇ ਰਹੋ ਵਸਦੇ ਰਹੋ ਆਪਣੇ ਆਪ ਨੂੰ ਖੁਸ਼ ਰੱਖੋ ਆਪਣੇ ਘਰਦਿਆਂ ਨੂੰ ਖੁਸ਼ ਰੱਖੋ ਆਪਣੀ ਵਾਈਫ ਨੂੰ ਜਰੂਰ ਖੁਸ਼ ਰੱਖੋ ਯਾਰ ਧੰਨਵਾਦ ਸਤਿ ਸ੍ਰੀ ਅਕਾਲ